ਖੇਡ ਲੈ ਤੂੰ ਵੀ। ਗਡੋਏ ਨਾ ਮਾਰਿਆ ਯਾਰ ਯਾਰ, ਤੁਸੀਂ ਐਵੇਂ ਖੱਡੇ ਖੱਟੀ ਤੁਰੀ ਜਾਂਦੇ ਜੀ। ਫਤਿਹ ਹੋ ਜਾ ਅੱਗੇ ਯਾਰ, ਖੇਡ ਲੈ ਮਿੱਟੀ ਚ। ਰੰਬਾ ਹੈਗਾ, ਰੰਬਾ ਪਿਆ ਉਹਦੇ ਕੰਨ ਤੇ ਪਿਆ। ਫਤਿਹ ਯਾਰ ਜਾ ਮਿੱਟੀ ਚ ਖੇਡ ਲੈ, ਜਾ ਜਾ ਮਿੱਟੀ ਖੇਡ ਲੈ ਤੂੰ ਵੀ। ਫਤਿਹ ਐ ਬੈਠਾ ਜਿਵੇਂ ਨਾ ਬੇਲੀ ਜੰਗਲ ਪਾਣੀ ਬੈਠਾ ਹੁੰਦਾ। ਸੰਕੇਤ ਆਇਆ ਤੇ ਇਹਦੇ ਕੰਮ ਦੇਖ ਲੋ, ਯੂਨੀਵਰਸਿਟੀ ਆ ਚੱਪਣ ਨਾਲੇ ਤੇ ਕਹਿੰਦਾ ਆਪਾਂ ਬਣਾਉਣੀਆਂ ਚੌਂਪੜੀਆਂ। ਹੈ ਆ ਪਿਆ ਵਿੱਚ ਵਿਚਾਲੇ ਪੌੜੀ ਵਾਲਾ। ਓਏ ਉਹ ਕੀ ਇੱਕ ਨੇਮ ਨੂੰ ਪਾ ਲਾਂਗੇ ਵਿੱਚ, ਚੱਲੋ ਇੱਕ ਇੱਕ ਦੋ ਤਾਂ ਇੱਧਰ ਬਣਾਈ ਬਣਾਈ ਤਾਂ ਜਾਣਾ ਹੋਰ ਕੀ ਹੈ, ਉਹ ਬਣਾਈ ਜਾਣਾ ਹੋਰ ਕੀ ਹੈ। ਆ ਇਹਨਾਂ ਦਾ ਘਰ ਬਣਾ ਰਹੇ ਨੇ, ਤਾਂ ਇਹਨਾਂ ਨੇ ਪਾਲਕ ਲਾ ਰੱਖੀ ਹੈ, ਆ ਇਹਨਾਂ ਨੇ ਆ ਕਿੰਨੂਆਂ ਦੇ ਬੂਟੇ ਆ, ਆਹ ਕਿੰਨੂ ਬਹੁਤ ਜ਼ਿਆਦਾ ਲੱਗੇ ਇਹਨਾਂ ਦੇ, ਆਹ ਦੇਖ ਲਓ ਗਾਈ ਤੁਸੀਂ ਦੇਖੋ ਕਿੰਨੂ ਸਾਰਾ ਭਰਿਆ, ਕਿੰਨੂ ਸਾਰੇ ਕਿੰਨੂ ਹੀ ਕਿੰਨੂ ਲੱਗੇ ਆ ਬੜੇ ਜ਼ਿਆਦਾ। ਆਹ ਮੂਲੀਆਂ ਲਾ ਰੱਖੀਆਂ, ਮੇਥਰੇ, ਧਨੀਆ, ਸ਼ਲਗਮ, ਗਾਜਰਾਂ, ਅਤੇ ਇੱਧਰ ਹੁਣ ਚੱਲ ਰਿਹਾ ਕੰਮ, ਪਤਾ ਨਹੀਂ ਹੁਣੇ ਕੀ ਬਣਾਉਣੇ। ਬੰਨੇ ਕਿਉਂ ਉਟਾਈ ਜਾਂਦਾ, ਤੈਨੂੰ ਗਾਲਾਂ ਪੈਣਗੀਆਂ ਨਹੀਂ। ਤੂੰ ਕਿਉਂ ਨੀ ਕੁਛ ਕੀਤਾ, ਇੱਧਰ ਇੱਧਰ ਮੇਰੇ ਗਾ ਸਾਂ, ਤੂੰ ਗਾਲ, ਤੈਨੂੰ ਗਾਲਾਂ ਪੈਣੀਆਂ ਨੇ, ਸਾਰੇ ਕੰਮ ਤੇਰੇ ਨੇ। ਉਹ ਕਹਿੰਦਾ ਮੈਂ ਤਾਂ ਕੁਛ ਕੀਤਾ ਹੀ ਨੀ, ਮੈਂ ਪਤਾ ਹੀ ਕਰਦਾ ਹੁੰਦਾ ਸੀ ਬਾਂਸਾ ਦੇ ਕੁੱਲੇ ਦਾ ਥੱਲੇ ਖੋ ਕੱਟ ਕੇ ਪਹਿਲਾਂ। ਚਲ ਬੜਾ ਸਿਆਣਾ, ਤੈਨੂੰ ਗਾਲਾਂ ਪੈਣੀਆਂ ਨਹੀਂ, ਬੜਾ ਸਿਆਣਾ ਤੂੰ, ਪੰਗੇ ਜ਼ਿਆਦਾ ਲੈਣਾ ਕਿਆ ਵੀ ਕੀ ਕਹੀ। ਅੱਛਾ ਤੂੰ ਜ਼ਿਆਦਾ ਸਿਆਣਾ ਹੈ, ਥੱਪੜ ਪੈਣੇ ਤੇਰੇ ਇਹਨਾਂ ਦੇ ਕੰਮ ਦੇਖ ਲਓ, ਪੱਠੇ ਪੰਗੇ ਲਈ ਜਾਂਦੇ ਨੇ। ਇਹ ਕੀ ਬਣ ਰਿਹਾ, ਫਤਿਹ ਦਾ ਵਿਆਹ ਕਰਨਾ ਇੱਥੇ। ਫਤਿਹ ਇੱਧਰ ਗੱਲ ਸੁਣ, ਫਤਿਹ ਤੇਰਾ ਵਿਆਹ ਕਰਨਾ ਹੈ, ਹੈਂ
ਆ ਤੇਰਾ ਵਿਆਹ ਕਰਨਾ ਤੂੰ ਚੁੱਪ ਕਰ ਤੂੰ ਵੀ ਉਹਦੀ ਗੱਲਾਂ ਚ ਆ ਕਿਉਂ ਆ ਗਿਆ ਉਹਦੀ ਗੱਲਾਂ ਮੈਂ ਸੁਣਿਆ ਤੇਰਾ ਵਿਆਹ ਹੋਣਾ ਕੁੜੀ ਕਿੱਥੇ ਆ ਕਿਹੜੇ ਪਿੰਡ ਦੀ ਕੁੜੀ ਆ ਬਰਾਤ ਕਿੱਥੇ ਜਾਣਾ ਹੈ ਬਰਾਤ ਕਿੱਥੇ ਜਾਣਾ ਕੁੜੀ ਕਿੱਥੋਂ ਦੀ ਆ ਟੀ ਸੀਟ ਦਾ ਉੱਤੇ ਖੜ ਜਾ ਬਰਾਤ ਕਿੱਥੇ ਜਾਣਾ ਖੜ ਜਾ ਕਿੱਥੇ ਜਾਣਾ ਬਰਾਤ ਉਹ ਕੁੜੀ ਜਿਹੜੀ ਦੀਦੀ ਨੇ ਦਿਖਾਈ ਸੀ ਫੋਨ 'ਤੇ ਕਿਉਂ ਹੁਣ ਲੱਗੇ ਪਤਾ ਡਿੱਲ ਮਾਰਨਾ ਤੇਰੀ ਮੈਂ ਚੱਕ ਕੇ ਉਹ ਨਿੰਮ ਰੁੱਤੇ ਬਿਠਾ ਦਿਆਂਗਾ ਤੈਨੂੰ ਫਿਰ ਤੇਰੀ ਵਹੁਟੀ ਕਹੇਗੀ ਉਹ ਨਿੰਮ 'ਤੇ ਬੈਠਾ ਮੇਰੇ ਘਰ ਵਾਲਾ ਆ ਚੁੱਕੇ ਇਹਨਾਂ ਦੇ ਗਰੀਬ ਨਿਵਾਸ ਇਹ ਹੈ ਗਰੀਬ ਨਿਵਾਸ ਤੁਸੀਂ ਦੇਖ ਸਕਦੇ ਹੋ ਗਰੀਬ ਨਿਵਾਸ ਦੇ ਦਰਵਾਜ਼ੇ ਵੇਖੋ ਕਿੱਦਾਂ ਬਣਾਏ ਨੇ ਆਹ ਦੇਖੋ ਰੱਸੀਆਂ ਨਾਲ ਬੰਨੇ ਨੇ ਅਤੇ ਗਰੀਬ ਨਿਵਾਸ ਆਹ ਦੇਖੋ ਇਹ ਗਰੀਬ ਬੰਦੇ ਨੇ ਆਦਿ ਮਾਨਵ ਆਹ ਦੇਖ ਵਾਈਟ ਫਲੋਰਿੰਗ ਗ੍ਰੇਨਾਈਟ ਪੂਰਾ ਹੈ ਜਚਾ ਕੇ ਇਹਨਾਂ ਨੇ ਵਧੀਆ ਆਪਦਾ ਝੌਂਪੜੀ ਬਣਾਈ ਆ ਅਤੇ ਤੁਸੀਂ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ ਕਿੰਨੇ ਵਿਚਾਰੇ ਗਰੀਬ ਬੱਚੇ ਨੇ ਦੇਖ ਲਓ ਕਿੱਦਾਂ ਵਿਚਾਰੇ ਗੁਜ਼ਾਰਾ ਕਰ ਰਹੇ ਨੇ ਆਹ ਇਹਨਾਂ ਦੇ ਖੇਤ ਖੂਤ ਹੈਗੇ ਨੇ ਇੱਥੋਂ ਹੀ ਇਹ ਖਾਂਦੇ ਪੀਂਦੇ ਨੇ ਇਹਨਾਂ ਨੇ ਸਬਜ਼ੀਆਂ ਵਗੈਰਾ ਇੱਥੇ ਹੀ ਲਾ ਰੱਖੀਆਂ ਅਤੇ ਆਪਾਂ ਇਹਨਾਂ ਦੀ ਪੂਰਾ ਵਿਊ ਦਿਖਾਉਣੇ ਆ ਤੁਹਾਨੂੰ ਇਹਨਾਂ ਦੇ ਗਰੀਬ ਨਿਵਾਸ ਕਿੱਦਾਂ ਵਿਚਾਰੇ ਨੇ ਆਹ ਦੇਖ ਲਓ ਕਿੱਦਾਂ ਇਹ ਦੇਖਭਾਲ ਕਰ ਰਹੇ ਨੇ ਆਹ ਦੇਖ ਲਓ ਕਿੱਦਾਂ ਇਹਨਾਂ ਨੇ ਆਹ ਝੌਂਪੜੀ ਬਣਾਈ ਹੈ ਰਾਤ ਨੂੰ ਠੰਡੀਆਂ ਹਵਾਵਾਂ ਦੇ ਵਿੱਚ ਵਿਚਾਰੇ ਇੱਥੇ ਰਹਿੰਦੇ ਨੇ ਇੱਥੇ ਹੀ ਸੌਂਦੇ ਨੇ ਇੱਥੇ ਹੀ ਇਹ ਰੋਟੀ ਪਾਣੀ ਕਰਦੇ ਨੇ ਆਹ ਸਾਰਾ ਕੁਰਸੀਆਂ ਕਰਸੀਆਂ ਇਹਨਾਂ ਵਾਸਤੇ ਮਾੜਾ ਮੋਟਾ ਬਾਲਟੀਆਂ ਬੂਲਟੀਆਂ ਨਾਲ ਰੱਖੀਆਂ ਹੋਈਆਂ ਆਹ ਇਹਨਾਂ ਨੇ ਨਾਲ ਸਬਜ਼ੀਆਂ ਲਾ ਰੱਖੀਆਂ ਆਪਦੀਆਂ ਆਹ ਬੂਟੇ ਬਾਟੇ ਲਾ ਰੱਖੇ ਆ ਅਤੇ ਗਰੀਬ ਨਿਵਾਸ ਉਹ ਸਾਡਾ ਬਣ ਕੇ ਗਰੀਬ ਨਿਵਾਸ ਤਿਆਰ ਹੋ ਚੁੱਕਿਆ ਜੀ ਅਤੇ ਇੱਧਰ ਫਤਿਹ ਲੱਗਿਆ ਫਤਿਹ ਤੇਰੇ ਹੱਥ 'ਤੇ ਵੱਜਣਾ ਹੀ ਇਹ ਬੜਾ ਵੱਜਦਾ ਹੀ ਖੂਨ ਨਿਕਲ ਜਾਣਾ ਹੀ ਅਤੇ ਪੰਗੇ ਲਈਆਂ ਦਾ ਗੰਨਿਆਂ ਨਾਲ ਅਤੇ ਇੱਧਰ ਝੌਂਪੜਾ ਬਣ ਕੇ ਇਹਨਾਂ ਦਾ ਤਿਆਰ ਹੋ ਚੁੱਕਿਆ ਟੇਬਲ ਲੱਗ ਚੁੱਕਿਆ ਵਿੱਚ ਪਾਣੀ ਦੀਆਂ ਬੋਤਲਾਂ ਅਤੇ ਅੱਜ ਇਹਨਾਂ ਨੇ ਰੋਟੀ ਰੋਟੀ ਇੱਥੇ ਹੀ ਬਣਾਉਣੀ ਆ ਅਤੇ ਆਹ ਫਤਿਹ ਦੇਖੋ ਪਤਾ ਨਹੀਂ ਕੀ ਕਰ ਰਿਹਾ ਕੀ ਕਰ ਰਿਹਾ ਓਏ ਗੰਨੇ ਖਰਾਬ ਕੀਤੀ ਇਹਨੇ ਇੱਧਰ ਭਾਈ ਜੀ ਲੱਗੇ ਨੇ ਸਾਡੇ ਸਫਾਈ ਸਫੂਈ ਕਰ ਰਹੇ ਨੇ ਆਪਦੇ ਘਰ ਦੀ ਗਾਈਸ ਇਹਨਾਂ ਆਪਣੀ ਝੁੱਗੀ ਬਣ ਕੇ ਰੈਡੀ ਹੋ ਚੁੱਕੀ ਆ ਪਿੱਛੇ ਟ੍ਰੈਡੀਸ਼ਨਲ ਕੱਪੜਾ ਲਗਾਇਆ ਇਹ ਬੈਠਣ ਦੀ ਜਗ੍ਹਾ ਵੀ ਕੰਮ ਕਰਦੀ ਅਤੇ ਢੋਣ ਲਗਾਉਣ ਨੂੰ ਵੀ ਕੰਮ ਆਉਂਦੀ ਆ ਇੱਧਰ ਦੇਖੋ ਤੁਸੀਂ ਅਸੀਂ ਛਪਾਟ ਪੇਪਰ ਦੇ ਨਾਲ ਕਵਰਿੰਗ ਕਰਤੀ ਹੈ ਆਹ ਸਾਡਾ ਇਹ ਟੇਬਲ ਹੈ ਸਮਾਨ ਨੀਚੇ ਪਾਣੀ ਰੱਖਿਆ ਹੋਇਆ ਇਹ ਆ ਗੇਟ ਹੈ ਇਹ ਛੱਤ ਲੱਗੀ ਪਿੱਛੇ ਦੀ ਕਵਰਿੰਗ ਹੁਣ ਆਹ ਸਾਈਡ 'ਤੇ ਅਸੀਂ ਕੋਈ ਕਵਰਿੰਗ ਕਰਨੀ ਹੈ ਅਤੇ ਇੱਧਰ ਵੀ ਕਰਨੀ ਆ ਇੱਧਰ ਲੋੜ ਹੀ ਨਹੀਂ ਹੁਣ ਬਲਬ ਲਾਈਟ ਲਗਾਉਂਦੇ ਹਾਂ ਗਾਈਸ ਹੁਣ ਛੱਤ 'ਤੇ ਬਲਬ ਲਾਉਣ ਲੱਗੇ ਛੱਤ 'ਤੇ ਬਲਬ ਦਾ ਇੰਤਜ਼ਾਮ ਕਰਦੇ ਚਲੋ ਗਾਈਸ ਦੇਖੋ ਤੁਸੀਂ ਬਣ ਰਹੀ ਹੈ